भाई की हाल चाल है सारे। सब तो पहला प्यार भरी सत श्री अकाल। सो अज अं पहुंचे हैं किसान मेला मलोट विखे। बहुत वधिया प्रोग्राम तैयार किया गया एग्रीकल्चर रिलेटड। सारे संत वगैरह से बाई जी प्रगट सिंह विशेष तौर पर क्रॉप इनफॉर्मेशन वाले भरा पहुंचे हैं तो गलबात फिर करते हैं। होर भाई जी की ठीक है वधिया वीरे बहुत वधिया जी। अच्छा जी किदां दा रिस्पोंस रहा जी? रिस्पोंस वधिया वीरे। फार्मर मिल के जाते समस्यावां भी दसते धन्नवाद भी करते आ। कुछ बंदे आप दियां जमीनां ठेके तो छड़ाई जांदे सानूं बहुत खुशी हुंदी है। तो मेले च आउण दा साडा इही मकसद सीगा वी इत्थे हर तरहां दा नौजवान बजुर्ग सारे पहुँचदे आ बंदे तो वीडियो पा लैंदे आ। कमेंट पढ़ के पता नहीं चलदा वी बंदा दिलों लिख रिहा कि कौन लिखी जांदा बच्चा लिखदा कि बुढ़ा। जो इत्थे बंदा मिल के जांदा फिर बहुत ज़्यादा शरीर नूं एनर्जी मिलदी है जी। इत्थे देखदे आ बहुत रश भी बहुत आ। सारे किसान वीर पहुँच रहे आ ते जानकारी भी प्राप्त कर रहे हैं। तो बाई जी जी झोना आप बुक लिखी सी हाँ जी हाँ जी वो वनों कोई सवाल जवाब आए? सवाल जवाब बहुत वधिया वीरे। फीडबैक बहुत चंगी है। लोग कहें भी खर्चा घट गया। अच्छा जी साड़ी बेफालतू बहुत कुछ करी जाते थे फसल च सानू डर डर के पांच स्प्रेयां कर देंगे सके रेह वध पाउंदे सी टाइम पानी वध लाउंदे सी किसी को जमा ही नहरी पानी दबी रखते सी उहदे वह भी दिक्कत कर जाता। हाँ जी तो बहुत वधिया फीडबैक ਵੀਰੇ ਆਪਾਂ 21 ਪਹਿਲਾਂ ਨਰਮਾ ਆਈ ਹੈ ਬਾਈ ਯਾਰ 2021 ਚ ਆਪਾਂ ਨੇ ਨਰਮੇ ਦੀ ਕਿਤਾਬ ਦਿੱਤੀ ਸੀਗੀ। ਹਾਂਜੀ ਤੇ ਹੁਣ 2023 ਚ ਆਪਾਂ ਝੋਨੇ ਦੀ ਕਿਤਾਬ ਦਿੱਤੀ ਹੈਗੀ ਆ। ਹਾਂਜੀ ਤੇ 2025 ਚ ਸ਼ਾਇਦ ਆਪਾਂ ਫਲਾਂ ਤੇ ਸਬਜ਼ੀਆਂ ਦੀ ਕਿਤਾਬ ਦੇਵਾਂਗੇ ਇਕੱਠੀ ਜਿਹੜੀ ਆਪਾਂ ਘਰੇ ਉਗਾ ਸਕਦੇ ਹਾਂ। ਹਾਂਜੀ ਹਰੇਕ ਬੰਦਾ ਲਾ ਲੈਂਦਾ ਲੋੜ ਤਾਂ ਕਣਕ ਝੋਨਾ ਨਹੀਂ ਆਉਂਦਾ। ਹਾਂਜੀ ਤੇ 5 ਪ੍ਰਕਾਰ ਦੇ ਫਰੂਟ ਲਾ ਲੈਂਦਾ ਤੇ ਉਹ ਹੁੰਦੇ ਹੀ ਨਹੀਂ 100 ਚੋਂ 90 ਬੰਦਿਆਂ ਦੇ ਹੁੰਦੇ ਹੀ ਨਹੀਂ ਹੈਗੇ। ਤਾਂ ਉਹ ਤੇ ਆਪਾਂ ਅਗਲੀ ਬੁੱਕ ਲਿਖਣ ਦੀ ਕੰਮ ਕਾ ਸ਼ੁਰੂ ਕੀਤਾ ਹੋਇਆ। ਸਬਜ਼ੀ ਦਾ ਵੀਰੇ ਹਰ ਇੱਕ ਜ਼ਿਮੀਦਾਰ ਨੂੰ ਲਾਉਣੀ ਜ਼ਰੂਰੀ ਆ ਤਾਂ 24 ਘੰਟੇ ਚਾਹੀਦੀ ਹੈ ਘਰੇ ਸਵੇਰ ਸਵੇਰ ਸ਼ਾਮ ਚਾਹੀਦੀ ਹੈ ਆਪਾਂ ਨੂੰ। ਕਣਕ ਝੋਨਾ ਤਾਂ ਇੱਕ ਵਾਰੀ ਹੋ ਜਾਂਦਾ 6 ਮਹੀਨੇ ਖਾਈ ਜਾਂਦੇ ਆ। ਕਣਕ ਤਾਂ ਸਾਰਾ ਸਾਲ ਖਾਈ ਜਾਂਦੇ ਆ। ਸਬਜ਼ੀਆਂ ਤੇ ਫਰੂਟ ਤੇ ਵੀ ਕੰਮ ਆਪਾਂ ਨੂੰ ਹਰ ਬੰਦੇ ਨੂੰ ਕਰਨਾ ਚਾਹੀਦਾ। ਨਹੀਂ ਨਹੀਂ ਵਧੀਆ ਗੱਲ ਆ ਵੀਰੇ ਤੇ ਆਪਾਂ ਤਾਂ ਇਹੀ ਕਹਿੰਦੇ ਜਿਹੜੇ ਹੁਣ ਬਾਹਰ ਵੀ ਚਲੇ ਜਾਂਦੇ ਹਨਾ ਹਾਂਜੀ ਉਹਨਾਂ ਵਾਸਤੇ ਵੀ ਨੇ ਵੀ ਪੰਜਾਬ 'ਚ ਰਹੋ ਆਪਣੇ ਇੱਥੇ ਸਾਂਭੋ ਨਾਲੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਖੇਤੀ ਆਪਾਂ ਛੱਡ ਦੇਾਂਗੇ ਫਿਰ ਆਪਣੇ ਪਲੇ ਰਹੂ ਕੇ ਹਨਾ ਬਾਈ ਜੀ। ਬਹੁਤ ਵਧੀਆ ਜੀ ਵਧੀਆ ਸਹੀ ਜੀ ਆਪਾਂ ਜ਼ਮੀਨਾਂ ਹੀ ਨਾ ਸੰਭਾਲ ਦੇਣ ਕਿ ਬਹੁਤ ਬੰਦੇ ਖੇਤ ਵੀ ਨਹੀਂ ਜਾਂਦੇ ਮੈਂ ਦੇਖਿਆ ਜਿਹੜੇ ਸ਼ੌਂਕੀਆ ਤਰਫ ਤੇ ਇੱਥੋਂ ਟਰੈਕਟਰ ਲੈ ਕੇ ਕੈਨੇਡਾ ਹਾਂਜੀ ਚਾਹੇ ਬਰਫੀ ਚੱਕੜੀ ਜਾ ਕੇ ਉੱਥੇ ਬਾਰਬੂਰੋਂ ਤੇ ਪਰ ਉਹ ਬੰਦਿਆਂ ਦਾ ਵੀ ਦਿਲ ਕਰਦਾ ਵੀ ਆਪਦਾ ਫਾਰਮ ਬਣਾਏ ਗਏ ਮੋਟਰ ਤੇ ਮੇਲਾ ਲਾਈਏ ਆਪਦੇ ਇੱਥੇ ਪੈਸੇ ਖਰਚੇ ਲਿਆਗੇ ਉੱਥੇ ਪੀਆਰ ਵਿਸ਼ੱਕ ਲੈ ਲਈ ਬੰਦੇ ਸ਼ੌਂਕ ਇੱਥੇ ਆ ਕੇ ਪਕਾਉਂਦੇ ਆ ਉਹ ਠੀਕ ਹੈ ਜੀ ਉੱਥੇ ਸ਼ੌਂਕ ਨਹੀਂ ਪਕਾਏ ਜਾਂਦੇ ਹੈਗੇ ਕੈਨੇਡਾ ਬਹਿ ਕੇ ਨਹੀਂ ਜਿਹੜਾ ਬਹੁਤ ਬੰਦੇ ਟੱਚ ਦੇ ਵਿੱਚ ਹੈਗੇ ਜਿਹੜੇ ਕਹਿੰਦੇ ਵੀ ਇੱਥੇ ਆ ਕੇ ਮੁੜ ਖੇਤੀ ਕਰ ਲਗੇ ਹਾਂਜੀ ਬਹੁਤ ਬੰਦੇ ਟੱਚ ਖੇਤੀ ਚੀਜ਼ ਹੀ ਐਸੀ ਹੈ ਜਿਹੜਾ ਦਿਲੋਂ ਕਰਦਾ ਬਾਈ ਜੀ ਖੇਤੀ ਦਾ ਵੀਰੇ ਇਹ ਤਾਂ ਨਸ਼ਾ ਹੈ ਜਿਹੜਾ ਬਹੁਤ ਬੜਾ ਨਸ਼ਾ ਹੈ ਜੀ ਛੱਡਿਆ ਨਹੀਂ ਜਾਂਦਾ ਛੱਡਿਆ ਨਹੀਂ ਜਾਂਦਾ ਨਾਲੇ ਸ਼ੌਂਕ ਪਕਾਉਂਦਾ ਅਗਲਾ ਨਾ ਹਾਂਜੀ ਹਾਂ ਇਹ ਖੇਤੀ ਜੇ ਪੂਰੇ ਹੋਣੇ ਆਪਾਂ ਚੰਗੀ ਕਰਾਂਗੇ ਬਿਲਕੁਲ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਥੈਂਕ ਯੂ ਥੈਂਕ